ਬੜਾ ਅਫਸੋਸ ਹੈ ਕਿ ਹਰ ਨਵੀਂ ਸਵੇਰ ਕੋਈ ਐਸੀ ਖਬਰ ਆਉਂਦੀ ਹੈ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ, ਚਾਹੇ ਦਿੱਲੀ 'ਚ ਬੈਠੇ ਆ ਚਾਹੇ ਹੋਰ ਸਟੇਟਾਂ 'ਚ ਬੈਠੀਆਂ, ਉਹ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਦੇ ਕਾਬਜ ਹੋਣ ਦਾ ਹੱਲਾ ਬੋਲਦੀਆਂ ਨੇ। ਜੇ ਕਹੀਏ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਈ, ਇੱਕ ਭਾਰਤੀ ਜਨਤਾ ਪਾਰਟੀ ਵੱਲੋਂ ਹੱਲਾ ਸੀ। ਦਿੱਲੀ ਕਮੇਟੀ ਤੋਂ ਜਿਸ ਤਰ੍ਹਾਂ ਰੰਗ ਆਪਣੇ ਵਿੱਚ ਰੰਗਿਆ ਉਹਨਾਂ ਨੇ, ਉਹ ਵੀ ਸਾਰੀ ਦੁਨੀਆਂ ਨੂੰ ਸਾਹਮਣੇ ਹੈ। ਹੁਣ ਇੱਕ ਖਬਰ ਮਿਲੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਏਕਨਾਥ ਸ਼ਿੰਦੇ ਜਿਹੜੇ ਆ, ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆ, ਜਿਹੜੇ ਭਾਰਤੀ ਜਨਤਾ ਪਾਰਟੀ ਦੀ ਕਹਿੰਦੇ ਸਪੋਰਟ ਦੇ ਨਾਲ ਮੁੱਖ ਮੰਤਰੀ ਨੇ, ਉਹਨਾਂ ਵੱਲੋਂ ਪਿਛਲੀ 5 ਤਰੀਕ ਨੂੰ ਇੱਕ ਅਮੈਂਡਮੈਂਟ ਕੀਤੀ ਗਈ ਜਿਹੜੀ ਕਿ ਆਪਣੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਨਾਲ ਸੰਬੰਧਿਤ ਹੈ, ਅਤੇ 1956 ਐਕਟ ਆ ਜਿਹੜਾ ਉਸ ਦੇ ਵਿੱਚ ਸੋਧ ਕਰ ਦਿੱਤੀ ਗਈ। ਉੱਥੇ 17 ਮੈਂਬਰ ਜਿਹੜੇ ਆ ਉਹ ਹੁੰਦੇ ਨੇ, ਜਿਹਦੇ ਵਿੱਚੋਂ ਅੱਜ ਸਰਕਾਰ ਆਪਣੇ ਤੌਰ 'ਤੇ 12 ਮੈਂਬਰ ਚੁਣੇ ਹੋਏ ਆਪਣੇ ਬੰਦੇ ਲੈ ਕੇ ਜਾਏਗੀ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਜਿਹੜੀ ਆ ਉਹ 4 ਮੈਂਬਰਾਂ ਦੀ ਹੁੰਦੀ ਸੀ, ਉਹ ਤੋੜ ਕੇ 2 ਦੀ ਕਰ ਦਿੱਤੀ ਗਈ। ਉਹ ਜਿਹੜੀ ਆ ਸਾਡਾ ਚੀਫ ਖਾਲਸਾ ਦੀਵਾਨ, ਜਿਹੜੀ ਕਿ ਬੜੀ ਵੱਡੀ ਸੰਸਥਾ, ਉਹਦਾ ਇੱਕ ਨੁਮਾਇੰਦਾ ਉਹਦੇ ਸ਼ਾਮਿਲ ਹੁੰਦਾ ਸੀ, ਉਹ ਨੁਮਾਇੰਦਾ ਖਤਮ ਕਰ ਦਿੱਤਾ ਗਿਆ। ਅਤੇ ਹਜ਼ੂਰੀ ਜਿਹੜਾ ਦੀਵਾਨ ਨਾਮ ਦੇ ਨਾਲ ਸੰਬੰਧਿਤ ਜਿਹੜੀ ਸੰਸਥਾ ਹਜ਼ੂਰ ਸਾਹਿਬ ਦੇ ਅੰਦਰ ਨੰਦੇੜ ਸਾਹਿਬ ਦੀ, ਉਹਦੀ ਵੀ ਇੱਕ ਬੰਦੇ ਦੀ ਸੰਸਥਾ ਖਤਮ ਕਰ ਜਿਹੜੀ ਆ ਉਹ ਅਹੁਦਾ ਖਤਮ ਕਰ ਦਿੱਤਾ ਗਿਆ। ਉਸ ਤੋਂ ਇਲਾਵਾ 2 ਸਿੱਖ ਜਿਹੜੇ ਜਿਹੜੇ ਮੈਂਬਰ ਪਾਰਲੀਮੈਂਟ ਸਨ, ਚਾਹੇ ਉਹ ਮੌਜੂਦਾ ਅਤੇ ਚਾਹੇ ਉਹ ਸਾਬਕਾ, ਉਹਨਾਂ ਦੀ ਉੱਥੇ ਸਦੱਸਤਾ ਖਤਮ ਕਰ ਦਿੱਤੀ ਗਈ ਆ। ਸੋ ਇਹ ਗੱਲ ਦਿਖਾਈ ਦਿੰਦੀ ਆ ਕਿ ਕਿਉਂ ਜਿਹੜੀ ਇਹ ਸਰਕਾਰਾਂ ਸਿੱਖਾਂ ਦੀਆਂ ਸੰਸਥਾਵਾਂ ਦੇ ਕਾਬਜ਼ ਕਿਉਂ ਹੋ ਰਹੀਆਂ ਨੇ, ਇਸ ਗੱਲ ਦਾ ਵੱਡਾ ਸਿੱਖਾਂ ਦੇ ਵਿੱਚ ਰੋਸ ਹੈ। ਸੋ ਅਸੀਂ ਇਹ ਗੱਲ ਸਮਝਦੇ ਹਾਂ ਕਿ ਜਿਵੇਂ ਇਹ ਜਿਹੜਾ ਮਾਮਲਾ ਸਾਹਮਣੇ ਆਇਆ, ਇਹ ਸਿੱਖਾਂ ਦੇ ਮਨ 'ਤੇ ਬੜਾ ਡੂੰਘਾ ਅਸਰ ਕਰੇਗਾ। ਮੈਂ ਦੇਖ ਰਿਹਾ ਸੀ ਕਿ ਅੱਜ ਮੈਨੂੰ ਬਾਹਰ ਵਿਦੇਸ਼ 'ਚੋਂ ਬਹੁਤ ਵੱਡੀ ਗਿਣਤੀ ਵਿੱਚ ਇਸ ਗੱਲ ਲਈ ਫੋਨ ਆਏ ਕਿ ਤੁਸੀਂ ਬੈਠੇ ਕੀ ਕਰਦੇ ਹੋ, ਭਾਵੇਂ ਕਿ ਜਿਹੜੀ ਅਸੀਂ, ਮੈਂ ਇੱਕ ਸਿੱਖ ਹੋਣ ਦੇ ਨਾਤੇ ਜਾਂ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਹੋਣ ਦੇ ਨਾਤੇ, ਅਸੀਂ ਕਿੰਨਾ ਕੁ ਕਰ ਸਕਦੇ ਹਾਂ ਜਦੋਂ ਸਰਕਾਰਾਂ ਹੀ ਇਸ ਗੱਲ ਲਈ ਵੱਡੇ ਪੱਧਰ 'ਤੇ ਬੇਈਮਾਨ ਹੋ ਜਾਣ। ਸੋ ਮੈਂ ਇਸ ਗੱਲ ਦਾ ਵੱਡਾ ਰੋਸ ਪ੍ਰਗਟ ਕਰਦਾ ਸਮੁੱਚੇ ਸਿੱਖ ਆਵਾਮ ਦੇ ਵੱਲੋਂ। ਜੇ ਇਹ ਗੱਲ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਸੁਣਦੀ ਆ ਜਾਂ ਸਮਝਦੀ ਆ, ਅਤੇ ਇੱਕ ਮੈਂ ਹੋਰ ਕਹਿੰਦਾ ਕਿ ਵੱਡੇ ਦੰਗ ਜੇ ਮਾਰਨ ਵਾਲੇ ਕਿਨਾ ਜਿਹੜੇ ਸਿੱਖ BJP 'ਚ ਬੈਠੇ ਆ, ਜਿਹੜੀ ਉਹਨਾਂ ਦੀ ਤਰਫਦਾਰੀ ਕਰਦੇ ਆ, ਉਹਨਾਂ ਦੀ ਪੁਸ਼ਤ ਬਣਾਈ ਕਰਦੇ ਆ, ਉਹਨਾਂ ਦੇ ਕਹਿੰਦੇ ਹੁੰਦੇ ਆ ਇੰਨੇ ਕੁ ਉਹ ਨੀਵੇਂ ਹੋ ਗਏ ਨੇ ਕਿ ਉਹਨਾਂ ਦੀ ਦਸਤਾਰ ਗਿਣ ਤੱਕ ਚਲੀ ਗਈ ਆ, ਇਹ ਗੱਲ ਜਿਹੜੀ ਆ ਬੜੀ ਅਫਸੋਸ ਦੀ ਗੱਲ ਆ। ਅੱਜ ਉਹ ਲੋਕਾਂ ਦੇ ਕੋਲ ਇੱਕ ਮੌਕਾ ਵਾ, ਉਹ ਉੱਠਣ, ਸਿੱਖਾਂ ਦੀਆਂ ਸੰਸਥਾਵਾਂ 'ਤੇ ਹੋ ਰਹੇ ਕਬਜ਼ੇ ਦੇ ਖਿਲਾਫ਼ ਘੱਟੋ ਘੱਟ ਆਵਾਜ਼ ਜ਼ਰੂਰ ਬੁਲੰਦ ਕਰਨ, ਤਾਂ ਕਿ ਉਹਨਾਂ ਦੀ ਜ਼ਮੀਰ ਜਿਹੜੀ ਆ ਉਹ ਜਾਗਦੀ ਰਹੇ। ਸੋ ਅਸੀਂ ਇਸ ਫੈਸਲੇ ਦੀ ਡਟ ਕੇ ਵਿਰੋਧਤਾ ਕਰਦੇ ਹਾਂ। ਦੇਸ਼ ਅਤੇ ਵਿਦੇਸ਼ ਬੈਠੇ ਸਿੱਖ ਇਸ ਗੱਲ ਦੇ ਖਿਲਾਫ਼ ਆਪਣਾ ਮਤ ਆ ਜਿਹੜਾ ਉਹ ਦਰਜ ਕਰਨ ਜਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।